नमस्कार, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਗੜਸ਼ੰਕਰ ਦੇ ਪਿੰਡ ਬੱਡੋਵਾਨ ਸਰਦੂਲਾ ਵਿਖੇ 17 ਸਤੰਬਰ ਤੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸੈਮੀਫਾਈਨਲ ਮੌਕੇ ਖਿਡਾਰੀਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੀ ਕੁਰਬਾਨੀ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਖਾਤਰ ਆਪਣੀ ਭਰੀ ਜਵਾਨੀ ਦੇ ਵਿੱਚ ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਗਲ ਦੇ ਵਿੱਚ ਪਾ ਲਿਆ ਸੀ, ਜਿਨ੍ਹਾਂ ਦੇ ਅੱਜ ਨਕਸ਼ੇ ਕਦਮ ਤੇ ਚੱਲਣ ਦੀ ਜ਼ਰੂਰਤ ਹੈ। ਇਸ ਮੌਕੇ ਗੁਰਨੇਕ ਸਿੰਘ ਪੰਜਲ ਅਤੇ ਮਹਿੰਦਰ ਕੁਮਾਰ ਬੱਡੋਵਾਨ ਨੇ ਕਿਹਾ ਕਿ ਭਗਤ ਸਿੰਘ ਇੱਕ ਨਾਮ ਨਹੀਂ ਇੱਕ ਸੋਚ ਹੈ ਅਤੇ ਸ਼ਹੀਦ ਭਗਤ ਸਿੰਘ ਜੀ ਦਾ ਸੁਪਨਾ ਸੀ ਕਿ ਆਜ਼ਾਦੀ ਗਰੀਬ ਦੀ ਕੁੱਲੀ ਤੱਕ ਜਾਵੇ ਅਤੇ ਮਨੁੱਖ ਦੀ ਮਨੁੱਖ ਦੇ ਹੱਥੋਂ ਲੁੱਟ ਖਤਮ ਹੋਵੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਇਹ ਟੂਰਨਾਮੈਂਟ ਪਿੰਡ ਵਾਸੀਆਂ ਅਤੇ NRI ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਪਿੰਡ ਪੱਧਰ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਅਜਿਹੇ ਟੂਰਨਾਮੈਂਟ ਕਰਵਾਏ ਜਾਣ ਤਾਂ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਨਾਲ ਜੁੜ ਸਕੇ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੌਹਾਨ ਦੀ ਰਿਪੋਰਟ। ਅੱਜ ਪਿੰਡ ਬੱਡੋਵਾਲ ਸਰਦੁੱਲਾਪੁਰ ਦੋਨਾਂ ਹੀ ਪਿੰਡਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਂਝੇ ਤੌਰ 'ਤੇ ਇਹ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਜਾਂਦਾ। ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਨੂੰ ਯਾਦ ਕਰਦਿਆਂ ਅੱਜ ਦਾ ਜਿਹੜਾ ਇਹ ਜਿੰਨੇ ਵੀ ਮੈਚ ਖੇਡੇ ਜਾਣੇ ਅੱਜ ਦੇ ਦਿਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਅੱਜ ਖੇਡੇ ਜਾਣੇ ਆ। ਔਰ ਜਿਹੜੇ ਸਾਡੇ ਪਿੰਡ ਦੇ ਕਾਮਰੇਡ ਮਹਿੰਦਰ ਕੁਮਾਰ ਜੀ ਔਰ ਕਾਮਰੇਡ ਭੱਜਲ ਜੀ, ਉਹਨਾਂ ਨੇ ਵਿਸਤਾਰ ਦੇ ਨਾਲ ਤਾਂ ਜਾਣਕਾਰੀ ਦੇ ਹੀ ਦਿੱਤੀ ਆ, ਪਰ ਅੱਜ ਦੇ ਮੌਕੇ ਦੇ ਉੱਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ, ਜੇ ਅਸੀਂ ਸੱਚੇ ਤੇ ਸ਼ਹੀਦ ਭਗਤ ਸਿੰਘ ਜੀ ਦੇ ਪੈਰੋਕਾਰ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਨਸ਼ਿਆਂ ਤੇ ਦੂਰ, ਅੱਜ ਹੀ ਨਹੀਂ ਬੇ ਅਸੀਂ ਅੱਜ ਹੀ ਕਹਿਣਾ ਬੇ ਮਤਲਬ ਵਿੱਚ ਨਸ਼ਿਆਂ ਤੇ ਦੂਰ ਰਹਿਣਾ, ਸਾਨੂੰ ਇਹਦੇ ਲਈ ਨਿਤ ਉਪਰਾਲੇ ਕਰਨੇ ਚਾਹੀਦੇ ਆ। ਤਾਂ ਪਿੰਡ ਬੱਡੋਵਾਲ ਸਰਦੁੱਲਾਪੁਰ ਸਾਂਝੇ ਤੌਰ ਤੇ ਜਿਹੜੇ ਫੁੱਟਬਾਲ ਦੇ ਮੈਚ ਕਰਾਏ ਜਾ ਰਹੇ ਆ, ਅੱਜ ਕਾਫੀ ਲੰਬੇ ਸਮੇਂ ਤੋਂ ਚੱਲਦੇ ਆ ਮੈਚ, ਅੱਜ ਜਿਹੜੇ ਮੈਚ ਹੈ ਦੋ ਉਹ ਭਗਤ ਸਿੰਘ ਦਾ 116ਵਾਂ ਜਨਮ ਦਿਨ ਆ ਉਹਨੂੰ ਸਮਰਪਿਤ ਆ। ਉਹਨਾਂ ਦੀ ਜਿਹੜੀ ਸੋਚ ਸੀ ਉਹ ਸੀ ਸਾਮਰਾਜ ਵਿਰੋਧੀ, ਉਹ ਚਾਹੁੰਦੇ ਸੀ ਸਾਮਾਪਨ, ਹਰ ਗਰੀਬ ਦੀ ਕੁੱਲੀ ਤੱਕ ਆਜ਼ਾਦੀ ਦਾ ਨਿੱਘ ਜਾਵੇ, ਗਰੀਬ ਗੁਰਬਾ ਵੀ ਇਹ ਮਹਿਸੂਸ ਕਰੇ ਕਿ ਜਿਹੜਾ ਆਜ਼ਾਦੀ ਮੈਨੂੰ ਮਿਲ ਗਈ ਆ। ਆਜ਼ਾਦੀ ਤੋਂ ਬਾਅਦ ਜਿਹੜਾ ਦੂਜਾ ਸੀ ਜਾਤ ਧਰਮ ਮਜ਼ਹਬ ਇਲਾਕਾ ਜਿਹੜੀ ਫਿਰਕਾ ਪ੍ਰਸਤੀ ਹੈ ਉਹਦਾ ਉਹਨਾਂ ਨੇ ਡਟ ਕੇ ਵਿਰੋਧ ਕੀਤਾ, ਸਮਾਜਵਾਦ ਦਾ ਜਿਹੜਾ ਉਹਨਾਂ ਨੇ ਸਮਰਥਨ ਕੀਤਾ। ਤੇ ਅੱਜ ਜਿਹੜੀ ਸਰਕਾਰ ਹੈ ਕੇਂਦਰ ਦੀ ਉਹ ਨਿਰੀ ਜਿਹੜੀ ਆ ਫਿਰਕਾ ਪ੍ਰਸਤੀ ਫੈਲਾ ਰਹੀ ਹੈ। ਅਸੀਂ ਜਿੱਥੇ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਮੋੜੇ ਵਰਕੇ ਦੀ ਗੱਲ ਕਰਦੇ ਹਾਂ ਤੇ ਉੱਥੇ ਫਿਰ ਗੱਲ ਸ਼ੁਰੂ ਹੁੰਦੀ ਹੈ ਕਿ ਕੀ ਅੱਜ ਦੀ ਸਰਕਾਰ ਉਹਨਾਂ ਦੇ ਪੂਰਨਿਆਂ ਤੇ ਚੱਲ ਰਹੀ ਆ। ਜਿਹੜਾ ਇੱਥੇ ਟੂਰਨਾਮੈਂਟ ਚੱਲ ਰਿਹਾ ਸਾਡੇ 17 ਸਤੰਬਰ ਤੋਂ ਸ਼ੁਰੂ ਹੋਇਆ, ਇਹ ਮੈਚ 7 ਸਾਈਡ ਚੱਲ ਰਿਹਾ ਹੈ, ਇਹਦਾ ਜਿਹੜਾ ਫਾਈਨਲ ਮੈਚ ਆ ਉਹ 1 ਤਰੀਕ ਨੂੰ ਹੋਣਾ। ਅੱਜ ਅਸੀਂ ਸ਼ਹੀਦ ਦੇ ਅੱਜ ਭਗਤ ਸਿੰਘ ਦਾ 116ਵਾਂ ਜਨਮ ਦਿਨ ਮਨਾਇਆ, ਅੱਜ ਦੋਨੋਂ ਮੈਚ ਜਿਹੜੇ ਹੋਣੇ ਆ ਇੱਕ ਚੱਲ ਰਿਹਾ ਇੱਕ ਇਸ ਤੋਂ ਬਾਅਦ ਹੋਣਾ, ਦੋਨੋਂ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਹੋਣਗੇ। ਕਿਉਂਕਿ ਸ਼ਹੀਦ ਭਗਤ ਸਿੰਘ ਜਿਹੜਾ ਦੇਸ਼ ਦੀ ਆਜ਼ਾਦੀ ਦਾ ਪਰਵਾਨਾ ਸੀ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਹਨਾਂ ਨੇ ਚੜ੍ਹਦੀ ਉਮਰੇ ਫਾਂਸੀ ਦੇ ਫੰਦੇ ਚੁੰਮੇ ਆ, ਅੱਜ ਉਹਨਾਂ ਨੂੰ ਅਸੀਂ ਯਾਦ ਕੀਤਾ। ਸ਼ਹੀਦ ਦੀ ਜਿਹੜੀ ਆਜ਼ਾਦੀ ਆ ਉਹ ਬੜਿਆਂ ਲੋਕਾਂ ਦੀ ਕੁੱਲੀਆਂ ਚ ਚਲ ਗਈ, ਮਹਿਲਾਂ ਚ, ਗਰੀਬ ਦੀ ਕੁੱਲੀ ਤੱਕ ਆਜ਼ਾਦੀ ਨਹੀਂ ਗਈ।